ਇੱਕ ਭਾਈ ਜ਼ਿਮੀਂਦਾਰ ਸੀਗਾ, ਉਹ ਬਲਦ ਮੰਡੀ 'ਤੇ ਲੈ ਕੇ ਵੱਗ ਗਿਆ। ਕਿ ਜਵਾਨਾ ਇਹੋ ਜਿਹਾ ਹੁੰਦਾ ਭੁੱਲੇ ਮਾਨ ਸਲੂਕ ਦੀ, ਕਹਿੰਦਾ ਭਾਈ ਬਲਦ ਮੰਡੀ 'ਤੇ ਲੈ ਕੇ ਗਿਆ ਤੂੰ, ਉਹ ਤੁਰਿਆ ਜਾਂਦਾ, ਜਦੋਂ ਬਲਦ ਵਿਕਿਆ ਬੁੱਕਿਆ ਨਾ ਮੁੜਿਆ ਆ, ਉਹਨੇ ਖੁੱਲ੍ਹਾ ਜਿਹਾ ਘਰ ਦੇਖ ਕੇ ਬਲਦ ਬੰਨਤਾ। ਜ਼ਿਮੀਂਦਾਰ ਦਾ ਘਰ ਸੀ, ਉਹ ਜ਼ਿਮੀਂਦਾਰ ਨਵਾਂ ਵਿਆਹਿਆ, ਜਦੋਂ ਨਵਾਂ ਵਿਆਹਿਆ ਉਹ ਕਹਿੰਦਾ ਵੇ ਭਾਈ, ਉਹਨੂੰ ਕਹਿੰਦਾ ਜ਼ਿਮੀਂਦਾਰ ਨਵਾਂ ਵਿਆਹਿਆ ਤੇ ਉਹਦੇ ਘਰ ਵਾਲੀ ਨੂੰ ਹੋ ਗਿਆ ਵੀ ਪਤਾ ਨੀ ਉਹਨੇ ਮੇਰੇ ਘਰ ਵਾਲੀ ਦੀ ਸ਼ਕੀਰ ਚੋਂ ਹੂੰ। ਅੱਛਾ, ਉਹਦੇ ਘਰ ਵਾਲੀ ਨੂੰ ਹੋ ਗਿਆ ਪਤਾ ਨੀ ਮੇਰੇ ਘਰ ਵਾਲੀ ਦੀ ਸ਼ਕੀਰ ਚੋਂ, ਦੋਨੀ ਨਾਲ ਪੁੱਛਿਆ ਕਿਸੇ ਨੂੰ। ਜਦੋਂ ਆ ਗਏ ਆ, ਉਹਨੇ ਆਈ ਨੇ ਪਾਣੀ ਫੜਾਤਾ ਜ਼ਿਮੀਂਦਾਰ ਨੂੰ, ਪਾਣੀ ਫੜਾ ਕੇ ਬਹਿ ਗਿਆ ਤੇ ਉਧਰੋਂ ਆ ਗਿਆ ਜ਼ਿਮੀਂਦਾਰ ਆਪਦਾ ਉਹ ਬਲਦ ਲੈ ਕੇ ਖੇਤੋਂ ਹਲ ਲੈ ਕੇ। ਉਹਨੇ ਸੋਚਿਆ ਵੀ ਮੇਰੇ ਘਰ ਵਾਲੀ ਦੀ ਸ਼ਕੀਰੀ ਚ ਹੋਊਗਾ, ਉਹਨੇ ਆ ਕੇ ਹੱਥ ਮਿਲਿਆ ਲਿਆ, ਹੱਥ ਮਿਲਿਆ ਕੇ ਮੁਰਗਾ ਮਰਗਾ ਲਿਆ, ਪੋਤਰ ਪਾਤਰ ਲਿਆ, ਜਿਹਾ ਜਿਹਾ ਖਾਣਾ ਪੀਣਾ ਦੀ ਕਰਿਆ, ਗੱਲਾਂ ਬਾਤਾਂ ਕਰੀਆਂ, ਪੁੱਛਿਆ ਦੋਨਾਂ ਜੀ ਨਾ ਘਰ ਵਾਲੀ ਨੇ ਪੁੱਛਿਆ ਵੀ ਤੁਹਾਡੀ ਸ਼ਕੀਰੀ ਚ ਆਉਣਾ, ਉਹਨੇ ਪੁੱਛਿਆ ਕਹਿੰਦਾ ਵੀ ਚੰਗਾ ਮੈਂ ਤਾਂ ਚੱਲਦਾ ਹੁਣ ਤੜਕੇ ਬਲਦ ਖੋਲ, ਕਹਿੰਦਾ ਹੁਣ ਜਾਣੀ ਤੀ ਵਿਚਾਰੇ ਨੇ ਰਾਹੀ ਨੇ। ਉਹ ਕਹਿੰਦਾ ਵਗ ਜਾ ਬਈ, ਉਹ ਛੱਡਣ ਆ ਗਿਆ, ਥੋੜੀ ਘੰਟੇ ਦੂਰ ਛੱਡ ਕੇ ਮੁੜਿਆ ਜਾ ਕੇ ਉਹਦੇ ਘਰ ਵਾਲੇ ਨੂੰ, ਕਹਿੰਦਾ ਕੌਣ ਤੀ ਉਹ? ਕਹਿੰਦੀ ਜੀ ਮੈਨੂੰ ਕੀ ਪਤਾ ਤੁਹਾਡੀ ਸ਼ਕੀਰੀ ਚ ਹੋਊ। ਕਹਿੰਦਾ ਸਾਡੀ ਸ਼ਕੀਰੀ ਤਾਂ ਹੈ ਨੀ ਕੋਈ ਹੋਈ। ਕਹਿੰਦਾ ਨਾਲੇ ਤਾਂ ਬੋਤਲ ਪੀ ਗਿਆ, ਨਾਲੇ ਮੁਰਗਾ ਮਰਗਾ ਖਾ ਗਿਆ, ਨਾਲੇ ਕੰਬਲ ਲੈ ਗਿਆ, ਪਰ ਤੁਹਾਨੂੰ ਤਾਂ ਦੱਸਿਆ ਹੀ ਨਹੀਂ। ਕਹਿੰਦਾ ਕੰਬਲ ਤਾਂ ਮੜਵਾ ਕੇ ਦਈਏ? ਕਹਿੰਦੀ ਚਲੋ ਜੀ ਮੜਵਾ ਲਿਓ, ਵਗ ਜਾਓ। ਭੱਜ ਕੇ ਨਾਲ ਜਾ ਰਿਹਾ, ਕਹਿੰਦਾ ਬਾਈ ਖੜ ਖੜ ਗਿਆ। ਕਹਿੰਦਾ ਬਾਈ ਨਾ ਤਾਂ ਤੂੰ ਬੋਤਲ ਪੀ ਗਿਆ ਯਾਰ, ਕਹਿੰਦਾ ਮੈਂ ਕਿੱਥੋਂ ਮੰਗਾਈ ਤੀ? ਕਹਿੰਦਾ ਨਾ ਤੂੰ ਮੁਰਗਾ ਮਰਗਾ ਖਾ ਗਿਆ ਯਾਰ, ਕਹਿੰਦਾ ਮੈਂ ਤਾਂ ਮੰਗਾਇਆ ਨੀ ਕੁਛ, ਤੂੰ ਹੀ ਸਭਾ ਕਰੀ ਗਿਆ ਯਾਰ, ਸਭਾ ਸੀ ਕਰਤੀ। ਕਹਿੰਦਾ ਨਾਲੇ ਕੰਬਲ ਲੈ ਗਿਆ ਯਾਰ ਮੇਰੇ, ਕਹਿੰਦਾ ਕੰਬਲ ਆਪਦਾ ਲੈ ਜਾ, ਜਿਹੜਾ ਖਾਧਾ ਗਾ ਉਹ ਨਹੀਂ ਮੁੜਦਾ, ਕੰਬਲ ਮੜਵਾ ਲਾਉਗਾ। ਉਹ ਕਹਿੰਦਾ ਮੈਂ ਕੰਬਲ ਨਹੀਂ ਮੜਵਾਉਂਦਾ ਯਾਰ, ਮੇਰਾ ਦੋਸਤੀ ਪਾ ਲੈ। ਕਹਿੰਦਾ ਮੇਰਾ ਭਰਾ ਬਣ ਜਾ। ਉਹਨਾਂ ਨੇ ਦੋਨਾਂ ਨੇ ਪੱਗ ਵਟਾ ਬੜਾ। ਹੁਣ ਜਿੱਥੇ ਉਹਨੇ ਬਲਦ ਬੰਨਿਆ ਸੀ ਰਾਤ ਕੱਟੀ ਤੀ, ਉੱਥੇ ਮੰਨ ਕੇ ਕਾਲ ਪੈ ਗਿਆ, ਮੀਂਹ ਨਾ ਪਿਆ, ਲੋਕ ਭੁੱਖੇ ਮਰਨ ਲੱਗ ਗਏ। ਉਹਦੇ ਘਰ ਵਾਲੀ ਕੋਲੋਂ ਦੋ ਚਾਰ ਬੱਚੇ ਹੋ ਗਏ ਟਾਈਮ 'ਚ ਹੌਲੀ ਹੌਲੀ। ਉਹ ਕਹਿੰਦੇ ਕਿ ਵੀ ਹੁਣ ਦੋ ਬੱਚੇ ਨੇ ਤਿੰਨ, ਬਾਕੀ ਦੋ ਆਪਾਂ ਕੌਣ ਖਵਾਊ, ਆਪਾਂ ਨੂੰ ਕਿਵੇਂ ਕਰੀਏ? ਉਹਦੇ ਯਾਦ ਆ ਗਏ ਬੈਠੇ ਬੈਠੇ ਦੇ ਵੀ ਮੇਰੀ ਪੱਗ ਵੱਟੀ ਹੋਈ ਆ ਕਨਿਆਉ ਨਾਗਰੀ ਦੇ ਜੱਟ ਨੂੰ, ਜਿਹਨੇ ਬਲਦ ਬੰਨਿਆ ਸੀ, ਅਤੇ ਉਹਨੇ ਤਾਂ ਲੱਤ ਲਏ ਘੁੜੀ 'ਤੇ ਜਵਾਕ, ਅਤੇ ਉਹਦੇ ਕੋਲ ਨੂੰ ਚੱਲਦੇ। ਚੱਲ ਭਾਈ ਘੁੜੀ 'ਤੇ ਜਵਾਕ ਲੱਤ ਲਿਆ ਘਰ ਵਾਲੀ, ਆਪ ਘੁੜੀ ਦਾ ਗੁਲਾਮ ਫੜ ਕੇ ਮੂਹਰੇ ਤੁਰਿਆ ਗਿਆ। ਜਦੋਂ ਕਨਿਆਉ ਨਾਗਰੀ ਦੀ ਸੱਥ 'ਚ ਵਾ ਕੇ, ਲਾਲਾ ਤਰਵੈਣੀ ਕਹਿ ਲਾ, ਸੱਥ ਕਹਿ ਲੈ, ਸਭਾ ਕਹਿ ਲੈ, ਜਦੋਂ ਉੱਥੇ ਵੱਗ ਗਏ, ਉੱਥੇ ਬੱਕਰੇ ਵੱਢ ਕਸਾਈ ਬੈਠਾ, ਕੋਲੇ ਹੋਰ ਸੱਥ ਦੇ ਹੋਰ ਬੈਠੇ ਸਿਆਣੇ ਬੰਦੇ। ਉਹ ਕਹਿੰਦਾ ਬਾਈ ਘੋੜੀ ਦਾ ਕੀ ਮੁੱਲ ਹੈ? ਕਹਿੰਦਾ ਬਾਈ ਘੋੜੀ ਦਾ ਕਹਿੰਦਾ ਮੁੱਲ 70 ਰੁਪਏ। ਉਹ ਕਹਿੰਦਾ ਯਾਰ ਸਭ ਕਾਸੇ ਦੀ? ਉਹ ਲੱਗੇ ਹੁਣ ਬੈਠੇ ਜਿਹੜੇ ਉਹ ਤੋਂ ਕਿਹਾ ਗਾ, ਕਹਿੰਦਾ ਹਾਂ ਸਭ ਕਾਸੇ ਦੀ। ਉਹਨੇ ਸਭ ਕਾਸੇ ਦੇ ਕਿਹਾ ਵਿੱਚ ਘੁੱਟ ਕਾਠੀ ਦੇ ਗੁਲਾਮ ਮੰਗਦਾ ਹੋਏ। ਉਹ ਕਹਿੰਦਾ ਹਾਂ ਸਭ ਕਾਸੇ ਦੇ। ਉਹ ਕਹਿੰਦਾ ਫੜ 70 ਰੁਪਏ, ਉਹਨੇ ਗੁਲਾਮ ਫੜ ਲਿਆ। ਉਹ ਕਹਿੰਦਾ ਮੈਂ ਜਵਾਕ ਤਾਂ ਲਾ ਲਾ। ਕਹਿੰਦਾ ਤੇਰੇ ਨਾਲ ਸਭ ਕਾਸੇ ਦੇ ਕਰੇ ਨੇ। ਉਹ ਭਾਈ ਕਨਿਆਉਣ ਹੁੰਦਾ ਤੇ ਨਿਆਉਂ ਤਾਂ ਹੁੰਦਾ ਨਹੀਂ ਤੀ, ਸਾਰੇ ਜਿਹੜੇ ਕਨਿਆਉਣ ਅਗਰੀ ਦੇ ਬੈਠੇ ਸੀ ਕਹਿੰਦੇ ਹਾਂ ਵੀ ਆਹੀ ਗੱਲ ਹੋਈ ਆ, ਰੱਬ ਘਰੇ ਲੈ ਗਿਆ ਜਵਾਕ ਨਾਲੇ ਉਹਦੇ ਘਰ ਵਾਲੀ ਨੂੰ, ਨਾਲੇ ਕੁੜੀ ਚੱਲ ਜਾਣੀ ਤੀ। ਉਹ ਰੋਂਦਾ ਉਹਦੇ ਕੋਲ ਵੱਗ ਗਿਆ ਜਿਹਨੇ ਬਲਦ ਬੰਨਿਆ ਤੀ ਕਨਿਆਉਣ ਅਗਰੀ ਆ ਕੋਈ। ਉਹ ਕਹਿੰਦਾ ਓਏ ਭਾਈ ਮੇਰੇ ਨਾਲ ਤਾਂ ਇਹ ਹੋਈ, ਕਹਿੰਦਾ ਯਾਰ ਤੁਹਾਡੇ ਕਸਾਈ ਹੈ, ਕਹਿੰਦਾ ਤੂੰ ਪੀ ਚਾਹ ਪਾਣੀ, ਉਹਨੇ 80 ਰੁਪਏ ਲੈ ਲਏ ਧੜੀ 'ਤੇ ਧਰ ਲਏ। ਹੁਣ ਛੱਡ ਕੇ ਜਵਾਕਾਂ ਨੂੰ ਸੱਥ ਚਾਹ ਕੇ ਫੇਰ ਬਹਿ ਗਿਆ ਉੱਥੇ। ਕਹਿੰਦਾ ਵੀ ਸੀਰੀ ਲੈਣੀ ਹੈ, ਮਿਲ ਜੂ?
ਕਹਿੰਦਾ ਮਿਲਜੂ, ਕਹਿੰਦਾ ਕਾਸੀ ਦੀ ਮਿਲਣ, ਕਹਿੰਦਾ ਜਿਹੜੀ ਮਰਜ਼ੀ ਲੈ ਲਈ, ਇੱਕ ਰੁਪਈਏ ਤੋਂ ਲੈ ਕੇ 100 ਰੁਪਈਆ ਤੱਕ ਸੀਰੀ ਜਿਹੜੀ ਮਰਜ਼ੀ ਲੈ ਲਈ। ਕਹਿੰਦਾ ਚੱਕ 100 ਰੁਪਈਆ ਤੇਰੇ ਮੁੰਡੇ ਦੀ ਸੀਰੀ ਦੇ ਮੈਨੂੰ ਭਾਈ। ਉਹ ਕਹਿੰਦਾ ਮੁੰਡੇ ਦੀ ਸੀਰੀ ਕਿਉਂ ਦੇ ਤੂੰ? ਕਹਿੰਦਾ ਕਿਉਂ ਵੀ ਹੋਈ ਨੀ ਗੱਲ, ਕਾਸੇ ਦੀ ਮਰਜ਼ੀ ਲੈ ਲਈ। ਕਹਿੰਦਾ ਹਾਂ ਹੋਈ। ਕਹਿੰਦਾ ਮੁੰਡੇ ਦੀ ਸੀਰੀ ਕਿਹੜਾ ਦੇ ਦੂ? ਕਹਿੰਦਾ ਤੈਨੂੰ ਫਿਰ 70 ਰੁਪਈਆ ਚ ਜਵਾਬ ਕਿਹੜਾ ਦੇ ਦੂਗੇ ਨਾ ਘੋੜੀ ਮੋੜ ਸਾਰਾ ਕੁਛ ਨੀ, ਮੁੰਡੇ ਦੀ ਸੀਰੀ ਦੇ। ਉਹਨੂੰ ਮੋੜਨਾ ਪੈ ਗਿਆ, ਮੜਵਾ ਲਿਆ। ਉਹ ਕਹਿੰਦਾ ਵੀ ਐਂ ਕਰ ਜਿਮੀਦਾਰ, ਅੱਜ 2 ਸਾਲ ਬੈਠੇ 4 ਸਾਲ ਬੈਠੇ, ਸਾਡੇ ਹੁੰਦਾ ਕਿਨਿਓ, ਸਾਡੇ ਪਿੰਡ ਚ ਨਾ ਜਾਈ, ਕੋਈ ਸਾਂਝੇ ਜਵਾਨ ਨਾ ਕਿਸੇ ਨਾ ਕਰੀ, ਤੈਨੂੰ ਉਹਦੇ ਉਡਾ ਲੈਣਗੇ। ਕਹਿੰਦਾ ਚੰਗਾ ਵੀ ਬੈਠਾ ਰਿਹਾ ਭਾਈ। ਹੁਣ ਜਿਮੀਦਾਰ ਦੀ ਦਾੜੀ ਵੱਡੀ ਹੋ ਗਈ, ਉਹਨੇ ਆਖਿਆ ਵੀ ਦਾੜੀ ਤਾਂ ਮਨਾ ਲਈ, ਦਾੜੀ ਚ ਕਿਹੜਾ ਆਪਾਂ ਮਨਾ ਲੂ ਸਾਲੂ ਕੋਈ ਨਾਈ ਕੋਲੇ ਪਾ ਗਿਆ ਦਾੜੀ ਮਨੋ ਰਾਜੇ ਕੋਲੇ। ਕਹਿੰਦਾ ਰਾਜਾ ਰਾਮ ਜੀ ਮੇਰੀ ਦਾੜੀ ਇਹੀ ਜਿਹੀ ਮੁੰਨ ਦੇ, ਕਹਿੰਦਾ ਮੈਂ ਤੈਨੂੰ ਖੁਸ਼ ਕਰ ਦੂੰ। ਇਹ ਬੈਠਾ ਭਾਈ, ਉੱਥੇ 2 ਬੰਦੇ ਹੋਰ ਬੈਠੇ ਨੇ ਤੇਰੇ ਵਰਗੇ। ਉਹ ਭਾਈ ਗੱਲ ਮੁੱਕਦੀ ਕਰ, 5 ਰੁਪਏ ਦਿੱਤੇ, 10 ਦਿੱਤੇ, 70 ਦੇ 70 ਹੀ ਦਿੱਤੇ ਕੁੜੀ ਵਾਲੇ। ਉਹ ਤਾਂ ਫਿਰ ਵੀ ਨਾ ਖੁਸ਼ ਹੋਇਆ, ਕਹਿੰਦਾ ਕਰ ਖੁਸ਼। ਉਹ ਕਹਿੰਦਾ ਯਾਰ ਮੈਂ ਘਰੋਂ ਲਿਆ ਕੇ ਦਿੰਦਾ ਫਿਰ। ਕਹਿੰਦਾ ਇੰਨੇ ਚਿਰ ਆ ਜਾ ਨਹੀਂ ਤੇਰੇ ਮਗਰ ਪੁਲਿਸ ਤੁਰੂ। ਕਹਿੰਦਾ ਚੰਗਾ, ਜਾ ਕੇ ਰੋਣ ਲੱਗ ਗਿਆ। ਕਹਿੰਦਾ ਮੈਥੋਂ ਤਾਂ 70 ਰੁਪਏ ਲੈ ਲਏ, ਮੈਥੋਂ ਤਾਂ ਆਹ ਗੱਲ ਕਹੀ, ਉਹ ਤਾਂ ਖੁਸ਼ ਹੀ ਨਹੀਂ ਹੁੰਦਾ। ਕਹਿੰਦਾ ਤਾਂ ਇੱਥੋਂ ਨਹੀਂ ਹੁੰਦਾ, ਮੈਂ ਕਰਕੇ ਹੁਣ ਵੱਗ ਗਿਆ ਭਾਈ। ਨਾਲ ਉਹਨੇ 2 ਬੰਦੇ ਪੁਲਿਸ ਦੇ ਲੈ ਲਏ ਅਤੇ ਕਹਿੰਦਾ ਭਾਈ ਰਾਜਾ ਰਾਮ। ਕਹਿੰਦਾ ਹਾਂ। ਕਹਿੰਦਾ ਰਾਣੀ ਕੋਲੇ ਰਾਤ ਮੁੰਡਾ ਹੋਇਆ, ਤੂੰ ਖੁਸ਼ ਹੈ? ਜੇ ਤਾਂ ਹੁਣ ਖੁਸ਼, ਕਹਿੰਦਾ ਫਿਰ ਤਾਂ 70 ਰੁਪਏ ਮੁੜਦੇ ਨੇ, ਜੇ ਖੁਸ਼ ਨਹੀਂ ਕਹਿੰਦਾ ਤਾਂ ਪੁਲਿਸ ਕੁੜਦੀ ਹੈ ਵੀ ਰਾਣੀ ਦੇ ਧਮਸਾ ਮੁੰਡਾ ਹੋਇਆ, ਸਾਰਾ ਪਿੰਡ ਖੁਸ਼ ਹੈ, ਤੂੰ ਕਿਹੜੀ ਖੁਸ਼ ਹੋ? ਕਹਿੰਦਾ ਹਾਂ ਜੀ ਖੁਸ਼ ਹੈ, ਮੈਂ ਤਾਂ ਵਾਗੋ ਵਾਗ ਹੈ। ਕਹਿੰਦਾ ਫੜਾ 70 ਰੁਪਏ ਮੜਵਾ ਲਿਆ। ਉਹ ਕਹਿੰਦਾ ਲੈ ਭਾਈ ਹੁਣ ਨਾ ਜਾਈ ਬਾਹਰੇ। ਕਹਿੰਦਾ ਚੰਗਾ। ਥੋੜ੍ਹਾ ਘਣਾ ਚਿਰ ਲੰਘਿਆ, 2 ਸਾਲ ਲੰਘੇ, ਉਹਨੇ ਸੋਚਿਆ ਵੀ ਕੀ ਅਕਾਲ ਖੁੱਲ੍ਹ ਗਿਆ ਹੋਵੇ, ਗੇੜਾ ਤਾਂ ਮਾਰੀਏ ਕਹਿੰਦਾ ਪਿੰਡ ਆਪਦੇ। ਕਹਿੰਦਾ ਬਈ ਮੈਂ ਸਲਾਹ ਤੀ ਵੀ ਮੈਂ ਕੀ ਅਕਾਲ ਕੁਲ ਖੁੱਲ੍ਹ ਗਿਆ ਹੋਵੇ, ਗੇੜਾ ਮਾਰਨਾ। ਕਹਿੰਦਾ ਹਾਂ ਜਾਇਆ ਭਾਈ, ਜੇ ਨਾ ਵੀ ਅਕਾਲ ਖੁੱਲ੍ਹਿਆ ਤਾਂ ਦੁਬਾਰੇ ਵਾਪਸ ਆ ਜੀ ਮੇਰੇ ਕੋਲ। ਕਹਿੰਦਾ ਚੰਗਾ ਭਾਈ, ਵੱਗ ਗਿਆ। ਉੱਥੋਂ ਨੇ ਚਾਹ ਗੁੜ ਸਾਰਾ ਸਮਾਨ ਬੰਨਤਾ ਥੋੜ੍ਹਾ ਥੋੜ੍ਹਾ, ਵੀ ਜਾਣ ਸਾਰ ਕਿਹੜਾ ਹੁਣ ਤੁਹਾਡੇ ਘਰੇ ਪਿਆ ਵੀ ਖਾ ਪੀ ਲਉਂਗੇ, ਆਟਾ ਕੋਟਾ ਸਾਰਾ ਸਮਾਨ ਬੰਨਤਾ। ਕਹਿੰਦਾ ਵੀ ਐਂ ਸਿੱਧੀ ਡੰਡੀ ਤੁਰਿਆ ਜਾਈ, ਮੂਹਰੇ ਡੰਡੀਆਂ ਪੱਟਣੀਆਂ, ਤੂੰ ਹੋਰ ਡੰਡੀ ਨਾ ਜਾਈ, ਸਿੱਧੀ ਲੰਘ ਜੀ ਤੇਰੇ ਪਿੰਡ ਨੂੰ ਜਾਊ। ਕਹਿੰਦਾ ਚੰਗਾ। ਅੱਗੇ ਡੰਡੀਆਂ ਹੁੰਦੀਆਂ, ਹੁਣ ਮੂਹਰੇ ਪਾਲੀ ਖੇਡੀ ਜਾਣ ਖੱਦੋ ਖੁੰਡੀ, ਉਹ ਤਾਂ ਪਾਲੀਆਂ ਕਿੰਨੀ ਝਾਕਾਂ ਲੱਗ ਗਿਆ, ਡੰਡੀ ਤਾਂ ਭੁੱਲ ਗਿਆ। ਉਹ ਕਹਿੰਦਾ ਓਏ ਪਾਲੀਓ, ਮੈਨੂੰ ਡੰਡੀ ਦੱਸ ਕੇ ਜਾਊ ਭਾਈ, ਮੇਰੇ ਪਿੰਡ ਨੂੰ ਫਲਾਣੇ ਨੂੰ ਕਿਹੜੀ ਜਾਊ। ਹੁਣ ਪਾਲੀ ਭਾਈ ਕਿਉਂ ਖੇਡਦੇ ਲਾਲਚ ਹਟਦੇ ਨੇ। ਕਹਿੰਦਾ ਪਾਲੀਓ ਆ ਜਾ, ਤੁਹਾਨੂੰ ਬਾਹਲਾ ਸਾਰਾ ਕੁੱਟ ਦਿਉ। ਜਦੋਂ ਬਾਹਲਾ ਸਾਰਾ ਕਹਿਤਾ ਪਾਲੀ ਆ ਗਈ। ਪਾਲੀ ਕਹਿੰਦੇ ਵੀ ਇਹ ਫਲਾਣੇ ਥਾਂ ਨੂੰ ਆਹ ਡੰਡੀ ਜਾਂਦੀ ਹੈ, ਸਿੱਧੀ ਲੰਘ ਜਾ, ਲੈ ਗੁੜ ਦੇ ਵਾਲਾ ਸਾਰਾ। ਹੁਣ ਭਾਈ ਉਹਨਾਂ ਸਾਰਾ ਗੁੜ ਖਾ ਕੇ ਪਾਲੀ ਜੇ ਗਾਹਾਂ ਤੋਂ ਤਾਂ ਗੱਡੀ 'ਤੇ ਡੰਗ ਮਾਰਦੇ ਨੇ, ਵੀ ਤਾਂ ਬਾਹਲਾ ਸਾਰਾ ਕੁੱਟ ਕਿਹਾ, ਸਾਨੂੰ ਬਾਹਲਾ ਸਾਰਾ ਦੇ ਕੇ ਜਾ। ਫਿਰ ਮੁੰਡਾ ਕਹਿੰਦਾ ਮੈਂ ਲਿਆ ਕੇ ਦਿੰਦਾ। ਉਹਨੂੰ ਕਹਿੰਦਾ ਯਾਰ ਮੈਥੋਂ ਤਾਂ ਗੱਲ ਆ, ਥੋੜ੍ਹੇ ਕਨਿਆਉਣ ਅਗਲੇ ਪਾਲੀ ਨਹੀਂ ਲੰਘਾਉਂਦੇ ਹੁਣ ਤੁਹਾਨੂੰ ਕੁੱਟਣਗੇ। ਉਹ ਕਹਿੰਦਾ ਮੈਂ ਚੱਲਦਾ, ਉਹਨੇ ਗੁੜ ਗਾੜ ਹੋਰ ਬੰਨ ਤਾ ਭਾਈ, ਕੱਢੀ ਉਹਨੇ ਵੱਡੀ ਲੈ ਲਈ, ਇੱਕ ਛੋਟੀ ਲੈ ਲਈ, ਹੱਥ 'ਤੇ ਰੱਖ ਲਿਆ। ਕਹਿੰਦਾ ਲਾ ਵੀ ਪਾਲੀਓ, ਉਹ ਆਖੇ ਮੈਂ ਲੈਣਾ ਬਾਹਲਾ, ਉਹ ਆਖੇ ਮੈਂ ਲੈਣਾ, ਉਹ ਆਪਦੀ ਲੜ ਕੇ ਲੰਘ ਜਾ। ਉਹ ਲੜਨ ਲੱਗੇ ਪਾਲੀ, ਉਹ ਭਾਈ ਗਾਹਾਂ ਲੰਘਾਤਾ ਅਤੇ ਹੁਣ ਉਵੇਂ ਜਿੱਕਰ ਹੀ ਕਾਲ ਪਿਆ ਖੜਾ, ਭੁੱਖੇ ਮਰਦੇ ਨੇ ਲੋਕ ਪਿੰਡ ਦੇ ਵਿੱਚ ਬੈਠਾ। ਸੱਥ 'ਚ ਵੱਗ ਗਿਆ ਜਿਮੀਦਾਰ, ਜਾ ਕੇ ਸੱਥ 'ਚ ਕਹਿੰਦਾ ਵੀ ਕੰਮ ਤਾਂ ਉਹੀ ਹੋ ਗਿਆ, ਕਾਲ ਤਾਂ ਨਹੀਂ ਆਪਣੇ ਖੁੱਲ੍ਹਿਆ। ਕਹਿੰਦੇ ਨਾ, ਗੱਲਾਂ ਬਾਤਾਂ ਕਰਕੇ ਉੱਥੋਂ ਨਾ ਆਖੇ ਵੀ ਚੱਲ ਖੇਤ ਤਾਂ ਜਾਈਏ, ਚੱਲ ਖੇਤ ਆਪਦਾ ਨਹੀਂ ਦਾਣੇ ਹੁੰਦੇ, ਖੇਤ ਆ ਗੇੜਾ ਤਾਂ ਮਰੀਏ। ਜਦੋਂ ਗਾਂ ਖੇਤ ਗਿਆ, ਉਹਦੇ ਕੁਦਰਤ ਮਾਲਕ ਦੀ ਮਤੀਰਿਆਂ ਦੀ ਬੇਲ ਹਰੀ ਹੋਈ ਖੜੀ ਉਹਦੇ ਖੇਤ 'ਚ। ਉਹਨੇ ਜਦੋਂ ਦੇਖਿਆ ਮਤੀਰਿਆਂ ਦੀ ਬੇਲ ਹਰੀ ਹੋਈ ਖੜੀ ਹੈ, ਉਦੋਂ ਕਾਲ ਪੈ ਜੇ ਦਫ਼ਤਰ ਵੀ ਮੱਚ ਜਾਂਦੇ ਉਹਨੇ।
ਉਹ ਆ ਕੇ ਕਹਿੰਦਾ ਵੀ ਮੇਰੇ ਖੇਤ ਚ ਮਤੀਰਿਆਂ ਦੀ ਵੇਲ ਹਰੀ ਖੁੜੀ ਆ ਫਲਾਨੇ ਸਮੇਂ ਸੱਥ ਚ ਕਹਿੰਦਾ ਉਹ ਉੱਥੇ ਬੈਠਾ ਸੀ ਸੜਾ ਵਿਆਹ ਹੈ ਨੀ ਸੀ ਉਹ ਕਹਿੰਦਾ ਹੁੰਦੇ ਤਾਂ ਦਾਣੇ ਨੀ ਬੂਜੇ ਦਾਖਲ ਤਾਂ ਮੱਚ ਗਏ ਤੇਰੇ ਵੇਲ ਮਤੀਰਿਆਂ ਦੀ ਵੇਲ ਨੂੰ ਗੱਲ ਕਿੱਥੋਂ ਆ ਗਈ ਕਹਿੰਦਾ ਮੈਨੂੰ ਨੀ ਪਤਾ ਯਾਰ ਫਲਾਨੇ ਸਮੇਂ ਖੜੀ ਆ ਕਹਿੰਦਾ ਮੇਰੇ ਨਾਲ ਆ ਸਰਤ ਇਹ ਸਰਤ ਕਿਵੇਂ ਲਾਉਣੀ ਆ ਕਿ ਜੇ ਤਾਂ ਇਹ ਜਿੱਤ ਗਿਆ ਮਤੀਰਿਆਂ ਦੀ ਵੇਲ ਉੱਥੇ ਹੋਈ ਤਾਂ ਕਹਿੰਦਾ ਜਿਹੜੀ ਚੀਜ਼ ਦੇ ਹੱਥ ਲਾ ਤਾਂ ਮੈਂ ਦਿਉ ਜੇ ਕਹਿੰਦਾ ਮੰਨ ਕੇ ਚੱਲ ਇਹ ਹਰ ਗਿਆ ਮਤੀਰਿਆਂ ਦੀ ਵੇਲ ਨਾ ਹੋਈ ਫਿਰ ਕਹਿੰਦੇ ਚੀਜ਼ ਦੇ ਮੈਂ ਹੱਥ ਲਾਊਂਗਾ ਉਹ ਦੇਣੀ ਕਹਿੰਦੇ ਵੀ ਠੀਕ ਆ ਲਵਾਤੀ ਸਰਤ ਚਾਰ ਬੰਦੇ ਵਿੱਚ ਅਗਵਾਹ ਹੋ ਗਏ ਸੜਾ ਤਾਂ ਰਾਤ ਮੇਰੇ ਵਾਲਾ ਮਤੀਰਿਆਂ ਦੀ ਵੇਲ ਪੱਟਿਆ ਅਟਕੇ ਕਿਤੇ ਹੋਰ ਛਿੱਟਿਆ ਉਹ ਥਾਂ ਦਾ ਸੱਤਾ ਨਹੀਂ ਫਲਾਨੇ ਤਾਂ ਤੇ ਜਦੋਂ ਗਿਆ ਭਾਈ ਗਾਂ ਉਹ ਤੜਕੇ ਸੁਬਾਹ ਦੇ ਬੰਦੇ ਗਏ ਉਹ ਜ਼ਿਮੀਂਦਾਰ ਗਿਆ ਉੱਥੇ ਮਤੀਰਿਆਂ ਦੀ ਵੇਲ ਨੂੰ ਕਹਿੰਦੇ ਵੀ ਕਿਉਂ ਫਲਾਨਾ ਸਿਆ ਕਹਿੰਦਾ ਹਾਂ ਬਈ ਸਰਤ ਹਰ ਗਿਆ ਕਹਿੰਦਾ ਮੈਂ ਪਰਸੋਂ ਨੂੰ ਸਰਤ ਦਿਉਂ ਕਹਿੰਦਾ ਵੀ ਹੁਣ ਤੇਰੇ ਮੇਰੇ ਵਰਗੇ ਲੱਗ ਗਏ ਕਹਿਣ ਮੁੰਡੇ ਖੁੰਡੇ ਮੇਰਾ ਸਾਲਿਆ ਵਿਆਹਿਆ ਜਾਵੇਗਾ ਟੱਬਰ ਦੇ ਹੱਥ ਲਾ ਦੀ ਇਹਦੇ ਤੇ ਤੀਵੀਂ ਦੇ ਹੱਥ ਲਾ ਦੀ ਉਹ ਕਹਿੰਦਾ ਮੈਨੂੰ ਸਾਰਾ ਪਤਾ ਮੈਨੂੰ ਕੀ ਦੱਸ ਦਿਓ ਉਹ ਜਦੋਂ ਘਰੇ ਗਿਆ ਕਹਿੰਦੀ ਤੈਂ ਸਕਰਤ ਲਾ ਲਈ ਸਕੂਤੀ ਤੂੰ ਗਿਆ ਫਸ ਕੂਤਾ ਉਹ ਆ ਸੜਾ ਬੰਦਾ ਉਹ ਤਾਂ ਮੇਰੇ ਹੱਥ ਲਾ ਉਧਰ ਰੋਟੀ ਵੀ ਗਈ ਮੈਨੂੰ ਜਾਣਾ ਪੂ ਜੇ ਸਰਤ ਲਈ ਬੈਠੇ ਕਹਿੰਦਾ ਫਿਰ ਹੁਣ ਕਿਵੇਂ ਕਰਾਂ ਕਹਿੰਦੀ ਉਸੇ ਕਨਾਉਣਾ ਅਗਰੀ ਵਾਲੇ ਕੋਲੇ ਜਾ ਉਹ ਬਚਾਊ ਤੈਨੂੰ ਆ ਗਿਆ ਕਨਾਉਣਾ ਅਗਰੀ ਵਾਲੇ ਕੋਲੇ ਕਹਿੰਦਾ ਬਾਈ ਕਿਉਂ ਕਾਲ ਖੁੱਲ ਗਿਆ ਕਹਿੰਦਾ ਕਾਲ ਤਾਂ ਹੋਰ ਪੈ ਗਿਆ ਖੁੱਲਣਾ ਤਾਂ ਕੀਤੀ ਕਹਿੰਦਾ ਕਿਉਂ ਕਹਿੰਦਾ ਮੈਂ ਤਾਂ ਕਰਕੇ ਯਾਰ ਵੇਲ ਹਰੀ ਖੜੀ ਤੀ ਮੈਂ ਤਾਂ ਦੱਸ ਬੈਠਾ ਹੁਣ ਸਵਾਹ ਦੇ ਬੰਦਾ ਚ ਮੈਂ ਸਰਤ ਹਰ ਗਿਆ ਬੰਦਾ ਉਹ ਸੜਾ ਹੈ ਮੇਰੀ ਜਨਾਨੀ ਦੇ ਹੱਥ ਲਓ ਮੇਰੀ ਤਾਂ ਰੋਟੀ ਵੀ ਗਈ ਜਰਾ ਮੈਂ ਤਾਂ ਉਦੋਂ ਵੀ ਕਾਲ ਵੱਧ ਗਿਆ ਕਹਿੰਦਾ ਪੌੜੀ ਹੈਗੀ ਆ ਕਹਿੰਦਾ ਹਾਂ ਹੈਗੀ ਆ ਉਹਨੇ ਚੱਕ ਲਿਆ ਜੱਟ ਨੇ ਕੁੱਕੇ ਵਾਲਾ ਹੁੰਦਾ ਕਹਿੰਦਾ ਚੱਲ ਮੈਂ ਕਰਦਾ ਤੈਨੂੰ ਆਪਣੇ ਜੇ ਚੋਂ ਜਦੋਂ ਭਾਈ ਟਾਈਮ ਆ ਗਿਆ ਸਰਤ ਦਾ ਕਹਿੰਦਾ ਵੀ ਐਂ ਕਰ ਸਰਤ ਆਉਂਗੇ ਇਹਨੂੰ ਕੱਤਾਂ ਲਾ ਦੇ ਕੋਠੇ 'ਤੇ ਪੌੜੀ ਦੇ ਲਾ ਪੌੜੀ ਲਾ ਤੀ ਵੀ ਸਾਹਮਣੇ ਕੱਤਾਂ ਲਾ ਤੀ ਕੋਠੇ 'ਤੇ ਬਹਾ ਕੇ ਹੁਣ ਉੱਧਰੋਂ ਤੇਰੇ ਮੇਰੇ ਵਰਗੀਆਂ ਪੀਸ ਜਾਂਦੇ ਲਾ ਮਾਰ ਕੇ ਕੁਣੀਆਂ ਮੇਰਾ ਸਾਲਿਆ ਤਾਂ ਬੈਠੀ ਹੈ ਗੌਰ ਰੱਖੀ ਸਾਰਾ ਉਹਦੇ ਲਾਈ ਪਤਾ ਹੈ ਮੈਨੂੰ ਲਾਊਂ ਉਬਲੇ ਖੜੇ ਤੀ ਉਹਨੂੰ ਵੀ ਐਂ ਤੀ ਵੀ ਮੈਂ ਜਨਾਨੀ ਵਾਲਾ ਬਣ ਜੂੰ ਹੁਣ ਉੱਧਰੋਂ ਜੱਟ ਬੈਠਾ ਉਹ ਕਨਾਉਣਾ ਗਰੀ ਵਾਲਾ ਕੁੱਕਣਾ ਖੁੰਡਾ ਲਈ ਮੋਢੇ ਨਾਲ ਲਈ ਕਹਿੰਦਾ ਭਾਈ ਆਓ ਕਿਵੇਂ ਆਏ ਕਹਿੰਦੇ ਜੀ ਸਰਤ ਲੈਣੀ ਆ ਤੂੰ ਕਹਿੰਦਾ ਹੱਕ ਆ ਭਾਈ ਲਓ ਕਹਿੰਦਾ ਸਰਤ ਕਿਵੇਂ ਲਾਈ ਆ ਕਹਿੰਦਾ ਜਿਹੜੀ ਚੀਜ਼ ਦੇ ਹੱਥ ਲਓ ਕਹਿੰਦਾ ਐਂ ਭਾਈ ਘੋੜੀ ਖੜੀ ਹੈ ਇਹਦੇ ਹੱਥ ਲਾ ਕੇ ਮਗਰੋਂ ਤੁਸੀਂ ਘੋੜੀ ਬੇਪਸੰਦ ਕਰ ਦਿਓ ਮਗਰੋਂ ਘਰ ਦੇ ਹੱਥ ਲਾ ਦਿਓ ਘਰ ਬੇਪਸੰਦ ਕਰ ਦਿਓ ਮਗਰੋਂ ਕੋਈ ਹੋਰ ਚੀਜ਼ ਦੇ ਹੱਥ ਲਾ ਦਿਓ ਤੁਸੀਂ ਇੱਕ ਚੀਜ਼ ਦੇ ਹੱਥ ਲਾਓ ਜਿਹੜੀ ਮਰਜ਼ੀ ਲਾ ਦਿਓ ਕਹਿੰਦਾ ਹਾਂਜੀ ਇੱਕ ਦੀ ਲਾਉਣਾ ਕਹਿੰਦਾ ਭਾਈ ਲਾ ਦੇ ਫਿਰ ਉਹਨੇ ਐਂ ਤਾਂ ਦੇਖਿਆ ਨੀ ਮੈਨੂੰ ਥੱਲੇ ਉਤਾਰਨਾ ਪੌੜੀਆਂ ਚੜ੍ਹ ਗਿਆ ਜਦੋਂ ਇੱਕ ਡੰਡੇ ਦੇ ਹੱਥ ਲੱਗ ਗਿਆ ਦਸਵੇਂ ਡੰਡੇ ਦੇ ਹੱਥ ਲਾਤਾ ਮਾਰਿਆ ਕੁੱਕਣ ਵਾਲਾ ਖੂੰਡਾ ਥੱਲੇ ਸਿੱਟ ਲਿਆ ਜੱਟ ਨੇ ਕਹਿੰਦਾ ਦਸ ਡੰਡਿਆਂ ਦੇ ਹੱਥ ਲੱਗ ਗਿਆ ਇੱਕ ਡੰਡਾ ਲੈ ਜਾ ਪੱਟ ਕੇ ਬਾਕੀ ਨੌ ਪੈ ਰਹਿਣ ਦੀ ਪੌੜੀ ਦੇ ਕਹਿੰਦਾ ਤੂੰ ਹੁਸ਼ਿਆਰ ਤੀ ਮੈਂ ਜਾਣਾ ਨੀ ਹੱਥ ਨੂੰ ਕਹਿੰਦਾ ਹਾਂ ਮੈਂ ਤਾਂ ਐਂ ਖੇਡਿਆ ਤੀ ਕਹਿੰਦਾ ਬਸ ਫਿਰ ਮੈਂ ਵੀ ਮੂਹਰੋਂ ਹੁਸ਼ਿਆਰ ਤੀ ਕਹਿੰਦਾ ਕਿਉਂ ਮੈਨੂੰ ਪਤਾ ਸੀ ਵੀ ਤੂੰ ਮੈਂ ਸੜਾ ਬੰਦਾ ਤੈਨੂੰ ਹੂ ਕਾਹਲ ਤੈਂ ਪੌੜੀ ਚੜ੍ਹਨਾ ਡੰਡਾ ਹੱਥ ਪੌੜੀ ਨੂੰ ਲੱਗੂ ਸਭਾ ਵਾਲੇ ਬੰਦੇ ਕਹਿੰਦੇ ਹਾਂ ਭਾਈ ਇੱਕ ਡੰਡੇ ਦਾ ਹੱਕਦਾਰ ਹੈ ਉੱਥੋਂ ਕੱਢ ਲਿਆ ਵਿਚਾਰਾ ਉਹ ਭਾਈ ਉਹ ਕਹਿੰਦਾ ਬਾਈ ਜਿਉਂਦਾ ਬਹੁਤ ਆ ਰਹੇ ਮੇਰਾ ਦੂਜਾ ਕਾਲ ਤਾਂ ਖੋਲ ਲਿਆ ਕਹਿੰਦਾ ਤੀਜਾ ਰੱਬ ਖੋਲੂ ਹੁਣ ਏਡੀ